ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਬਲੌਗ ਲੈ ਕੇ ਅਸੀਂ ਜਾ ਰਹੇ ਸੀ ਰਾਜਪੁਰੇ। ਸੋ ਥੋੜ੍ਹਾ ਜਿਹਾ ਗੱਡੀ ਦਾ ਕੰਮ ਹੋਣਾ ਸੀ ਅਤੇ ਮਿਸਤਰੀ ਨੇ ਸਾਨੂੰ ਕਹਿਤਾ ਵੀ ਟਾਈਮ ਲੱਗੂਗਾ, ਅਤੇ ਫਿਰ ਅਸੀਂ ਇਹ ਗੱਡੀ ਕੀਤੀ ਕੈਂਸਲ। ਅਤੇ ਅਸੀਂ ਫਿਰ ਚੱਕੀ ਸਫਾਰੀ, ਫਿਰ ਅਸੀਂ ਸਫਾਰੀ 'ਤੇ ਗਏ ਰਾਜਪੁਰੇ। ਅਤੇ ਅਸੀਂ ਰਸਤੇ 'ਚ ਜਾ ਰਹੇ ਸੀ ਅਤੇ ਸਾਨੂੰ ਲੱਗੀ ਭੁੱਖ, ਫਿਰ ਅਸੀਂ ਸੋਚਿਆ ਕੋਈ ਵਧੀਆ ਜਿਹਾ ਢਾਬਾ ਮਿਲੇ ਅਤੇ ਅਸੀਂ ਉੱਥੇ ਪਲੈਨ ਬਣਾਇਆ ਵੀ ਸਮੋਸੇ ਖਾਵਾਂਗੇ ਛੋਲਿਆਂ ਵਾਲੇ। ਸੋ ਅਸੀਂ ਢਾਬੇ 'ਤੇ ਪਹੁੰਚੇ, ਦੇਖਦੇ ਹਾਂ ਉੱਥੇ ਕੀ ਮਿਲਦਾ। ਛੋਲੇ ਮਿਲੇ ਕਿਉਂਕਿ ਖਤਮ ਹੋ ਚੁੱਕੇ ਸੀ, ਤੇ ਅਸੀਂ ਫਿਰ ਸੌਸ ਨਾਲ ਹੀ ਸੁੱਕੇ ਸਮੋਸੇ ਖਾਧੇ। ਹਾਂਜੀ ਸੇਪੀ, ਮੂੰਹ ਕਾਹਦੇ ਢੱਕ ਰਿਹਾ, ਦੱਸ ਸਮੋਸੇ ਬਾਰੇ। ਵਧੀਆ ਬਾਈ, ਗੱਡੀ ਕਰਦੇ ਆ ਪਾਰਕ। ਅਸੀਂ ਗੱਡੀ ਕਰ ਦਿੱਤੀ ਆ ਪਾਰਕ ਤੇ ਹੁਣ ਅਸੀਂ ਜਾਵਾਂਗੇ ਅੰਦਰ। ਇਹ ਹੈ ਜੀ ਗੇਟ ਦੀ ਮੇਨ ਐਂਟਰੀ, ਤੇ ਅਸੀਂ ਜਾ ਰਹੇ ਹਾਂ ਤੇ ਇਹ ਭਰਾ ਸਾਡਾ ਜੱਸਾ ਸੀ। ਮੌਸਮ ਬਹੁਤ ਵਧੀਆ ਹੋਇਆ ਏ, ਫੁਹਾਰੇ ਚ। ਸੋ ਅਸੀਂ ਅੰਦਰ ਪਹੁੰਚ ਗਏ, ਮੈਂ ਤੇ ਜੱਸੇ ਨੇ ਪਲੈਨ ਬਣਾਇਆ ਵੀ ਕੁਛ ਖਾ ਲੈਂਦੇ ਹਾਂ। ਸੋ ਹਲੇ ਭੁੱਖ ਹੈ ਨਹੀਂ ਸੀ, ਤੇ ਮੈਂ ਤੇ ਜੱਸੇ ਨੇ ਕਿਹਾ ਵੀ ਇਹਨਾਂ ਥੋੜ੍ਹੀ ਦੇਰ ਗੇੜੀ ਸ਼ੇੜੀ ਮਾਰੀਏ, ਟਾਈਮ ਪਾਸ ਕਰ ਲਈਏ ਇੱਧਰ ਉੱਧਰ ਫਿਰ ਕੇ, ਕਿਉਂਕਿ ਘਰੋਂ ਵਿਹਲੇ ਸੀ। ਅੱਜ ਐਤਵਾਰ ਦਾ ਦਿਨ ਹੈ ਤਾਂ ਕਰਕੇ ਨਜ਼ਾਰੇ ਲੈਣ ਆਏ ਹਾਂ। ਅਤੇ ਗੇੜੀ ਗੂੜੀ ਮਾਰਨ ਤੋਂ ਬਾਅਦ ਸਾਨੂੰ ਇੱਕ ਆਇਆ ਜ਼ਰੂਰੀ ਕੰਮ ਯਾਦ, ਅਤੇ ਫਿਰ ਅਸੀਂ ਖਾਣ ਪੀਣ ਦਾ ਪ੍ਰੋਗਰਾਮ ਕੀਤਾ ਕੈਂਸਲ ਅਤੇ ਘਰ। ਇਹ ਮੇਰੀ ਸਟਾਈਲ ਦਿਖ ਰਹੀ ਹੈ, ਫੋਲੋ ਕਰ ਲਿਓ ਸਾਰੇ ਜਣੇ। ਸੇ ਸਾਡੀ ਗੱਡੀ ਦਾ ਟਾਇਰ ਹੋ ਗਿਆ ਜੀ ਪੈਂਚਰ, ਅਤੇ ਅਸੀਂ ਹੁਣ ਪੈਂਚਰ ਲਵਾਉਣ ਆਏ ਹਾਂ ਜੀ। ਅਤੇ ਪੈਂਚਰ ਲੱਗ ਰਿਹਾ ਹੈ ਸਾਡੀ ਗੱਡੀ ਦਾ, ਇਸ ਤੋਂ ਬਾਅਦ ਹੁਣ ਪੈਂਚਰ ਲਵਾ ਕੇ ਅਸੀਂ ਸਿੱਧਾ ਜਾਵਾਂਗੇ ਘਰੇ।